ਦਾਸ ਸਰਦਾਰ ਅਮੇਰ ਸਿੰਘ ਅਰੋੜਾ, ਮੁੱਖ ਸੇਵਾ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਿਸਟਰ ਮਾਈਨੋਰਟੀ ਗਵਰਨਰ ਪੰਜਾਬ ਪਾਕਿਸਤਾਨ। ਸਭ ਤੋਂ ਪਹਿਲਾਂ ਤਾਂ ਮੈਂ ਹੰਸਰਾਜ ਹੰਸ ਜੀ, ਅੱਜ ਨਾਲ ਗੱਲ ਹੀ ਬੜਾ ਚੰਗਾ ਲੱਗਾ। ਬੜੇ ਪਿਆਰੇ ਮਨੁੱਖ ਨੇ, ਪਿਆਰ ਕਰਨ ਵਾਲੀ ਸ਼ਖਸੀਅਤ ਨੇ, ਪਰ ਮੈਂ ਉਹਨਾਂ ਨੂੰ ਦੁਬਾਰਾ ਸੱਦਾ ਦਿੱਤਾ ਹੈ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਪਹਿਲੇ ਤੁਸੀਂ ਬਾਬੇ ਨਾਨਕ ਦੀ ਉਸ ਪਵਿੱਤਰ ਧਰਤੀ 'ਤੇ ਆਏ, ਉਸ ਪਵਿੱਤਰ ਧਰਤੀ 'ਤੇ ਆ ਕੇ ਜਿਸ ਤਰੀਕੇ ਨਾਲ ਤੁਸੀਂ ਕੀਰਤਨ ਰਾਹੀਂ ਸੰਗਤਾਂ ਨੂੰ, ਸੰਗਤਾਂ ਦੇ ਨਾਲ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਘਰ ਦੀਆਂ ਉਸਦਾ ਸੰਗਤਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਮਾਣੀਆਂ, ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ਤੁਸੀਂ ਆਣ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਉਚਾਰਨ ਕੀਤੀ, ਸਾਰੀ ਰਾਤ ਜਾਗਦੇ ਰਹੇ, ਅੰਮ੍ਰਿਤ ਰੁੜ ਕੇ ਤੁਸੀਂ ਕੀਰਤਨ ਕੀਤਾ। ਅਸੀਂ ਤੁਹਾਡੇ ਵਾਸਤੇ ਅਰਦਾਸ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਕੋਲ ਇਸੇ ਤਰੀਕੇ ਨਾਲ ਸੇਵਾ ਲੈਣ। ਔਰ ਫਿਰ ਦਾਸ ਜਦੋਂ 2013 'ਚ ਪਹਿਲੀ ਵਾਰੀ ਸਿੱਖ MPA ਬਣ ਕੇ ਇੰਡੀਆ ਗਿਆ ਤਾਂ ਦਾਸ ਨੂੰ ਤੁਸੀਂ ਉੱਥੇ ਰਿਸੀਵ ਵੀ ਕੀਤਾ। ਅਸੀਂ ਤੁਹਾਡੇ ਵਾਸਤੇ ਅਰਦਾਸ ਕਰਦਾ ਕਿ ਗੁਰੂ ਪਾਤਸ਼ਾਹ ਤੁਹਾਨੂੰ ਇਸੇ ਤਰੀਕੇ ਨਾਲ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਤੁਹਾਨੂੰ ਸੱਦਾ ਦਿੰਦੇ ਆ ਕਿ ਬਾਬੇ ਨਾਨਕ ਦੀ ਧਰਤੀ 'ਤੇ ਇੱਕ ਵਾਰੀ ਫਿਰ ਆਓ, ਫਿਰ ਉਸੇ ਤਰੀਕੇ ਨਾਲ ਬਾਬੇ ਨਾਨਕ ਦੀ ਧਰਤੀ 'ਤੇ ਕੀਰਤਨ ਉਚਾਰਨ ਕਰੋ ਤਾਂ ਕਿ ਸੰਗਤਾਂ ਜਿਹੜੀਆਂ ਤੁਹਾਡੇ ਕੀਰਤਨ ਰਾਹੀਂ ਰੱਬੀ ਬਾਣੀ ਨਾਲ ਜੁੜ ਸਕਣ, ਰੱਬੀ ਆਨੰਦ ਮਾਣ ਸਕਣ। ਸੋ ਤੁਹਾਡੇ ਵਾਸਤੇ ਵੀ ਅਰਦਾਸ ਕਰਦੇ ਹਾਂ, ਤੁਹਾਡੇ ਪਰਿਵਾਰ ਵਾਸਤੇ ਵੀ ਅਰਦਾਸ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਹੰਸਰਾਜ ਹੰਸ ਜੀ ਨੂੰ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦੇ ਰਹੋ। ਦਾਸ ਸਰਦਾਰ ਅਮੇਰ ਸਿੰਘ ਅਰੋੜਾ, ਮੁੱਖ ਸੇਵਾ ਦਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮਨਿਸਟਰ ਮਾਈਨੋਰਟੀ ਗਵਰਨਰ ਪੰਜਾਬ ਪਾਕਿਸਤਾਨ। ਸਭ ਤੋਂ ਪਹਿਲਾਂ ਤਾਂ ਮੈਂ ਹੰਸਰਾਜ ਹੰਸ ਜੀ, ਅੱਜ ਨਾਲ ਗੱਲ ਹੀ ਬੜਾ ਚੰਗਾ ਲੱਗਾ। ਬੜੇ ਪਿਆਰੇ ਮਨੁੱਖ ਨੇ, ਪਿਆਰ ਕਰਨ ਵਾਲੀ ਸ਼ਖਸੀਅਤ ਨੇ, ਪਰ ਮੈਂ ਉਹਨਾਂ ਨੂੰ ਦੁਬਾਰਾ ਸੱਦਾ ਦਿੱਤਾ ਹੈ ਕਿ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਪਹਿਲੇ ਤੁਸੀਂ ਬਾਬੇ ਨਾਨਕ ਦੀ ਉਸ ਪਵਿੱਤਰ ਧਰਤੀ 'ਤੇ ਆਏ, ਉਸ ਪਵਿੱਤਰ ਧਰਤੀ 'ਤੇ ਆ ਕੇ ਜਿਸ ਤਰੀਕੇ ਨਾਲ ਤੁਸੀਂ ਕੀਰਤਨ ਰਾਹੀਂ ਸੰਗਤਾਂ ਨੂੰ, ਸੰਗਤਾਂ ਦੇ ਨਾਲ ਬੈਠ ਕੇ ਕੀਰਤਨ ਕੀਤਾ ਔਰ ਗੁਰੂ ਘਰ ਦੀਆਂ ਉਸਦਾ ਸੰਗਤਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਮਾਣੀਆਂ, ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ਤੁਸੀਂ ਆਣ ਕੇ ਸਾਰੀ ਰਾਤ ਉੱਥੇ ਬੈਠ ਕੇ ਰੱਬੀ ਬਾਣੀ ਬਾਣੀ ਉਚਾਰਨ ਕੀਤੀ, ਸਾਰੀ ਰਾਤ ਜਾਗਦੇ ਰਹੇ, ਅੰਮ੍ਰਿਤ ਰੁੜ ਕੇ ਤੁਸੀਂ ਕੀਰਤਨ ਕੀਤਾ। ਅਸੀਂ ਤੁਹਾਡੇ ਵਾਸਤੇ ਅਰਦਾਸ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਕੋਲ ਇਸੇ ਤਰੀਕੇ ਨਾਲ ਸੇਵਾ ਲੈਣ। ਔਰ ਫਿਰ ਦਾਸ ਜਦੋਂ 2013 'ਚ ਪਹਿਲੀ ਵਾਰੀ ਸਿੱਖ MPA ਬਣ ਕੇ ਇੰਡੀਆ ਗਿਆ ਤਾਂ ਦਾਸ ਨੂੰ ਤੁਸੀਂ ਉੱਥੇ ਰਿਸੀਵ ਵੀ ਕੀਤਾ। ਅਸੀਂ ਤੁਹਾਡੇ ਵਾਸਤੇ ਅਰਦਾਸ ਕਰਦਾ ਕਿ ਗੁਰੂ ਪਾਤਸ਼ਾਹ ਤੁਹਾਨੂੰ ਇਸੇ ਤਰੀਕੇ ਨਾਲ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਤੁਹਾਨੂੰ ਸੱਦਾ ਦਿੰਦੇ ਆ ਕਿ ਬਾਬੇ ਨਾਨਕ ਦੀ ਧਰਤੀ 'ਤੇ ਇੱਕ ਵਾਰੀ ਫਿਰ ਆਓ, ਫਿਰ ਉਸੇ ਤਰੀਕੇ ਨਾਲ ਬਾਬੇ ਨਾਨਕ ਦੀ ਧਰਤੀ 'ਤੇ ਕੀਰਤਨ ਉਚਾਰਨ ਕਰੋ ਤਾਂ ਕਿ ਸੰਗਤਾਂ ਜਿਹੜੀਆਂ ਤੁਹਾਡੇ ਕੀਰਤਨ ਰਾਹੀਂ ਰੱਬੀ ਬਾਣੀ ਨਾਲ ਜੁੜ ਸਕਣ, ਰੱਬੀ ਆਨੰਦ ਮਾਣ ਸਕਣ। ਸੋ ਤੁਹਾਡੇ ਵਾਸਤੇ ਵੀ ਅਰਦਾਸ ਕਰਦੇ ਹਾਂ, ਤੁਹਾਡੇ ਪਰਿਵਾਰ ਵਾਸਤੇ ਵੀ ਅਰਦਾਸ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਹੰਸਰਾਜ ਹੰਸ ਜੀ ਨੂੰ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣ ਔਰ ਤੁਸੀਂ ਹਮੇਸ਼ਾ ਮਨੁੱਖਤਾ ਦੇ ਭਲੇ ਵਾਸਤੇ ਕੰਮ ਕਰਦੇ ਰਹੋ।